ਆਈ ਛੱਡੀ ਚੱਲਣਾ ਟੱਕ ਖੋਲ ਦੇ ਬਾਹਰ ਬਸ ਹੈਪੀ ਫਰੀ ਜਾਣਗੇ ਹਾਂ ਉਹ ਟੱਕੀ ਖੋਲ ਦੇ ਟੱਕਰਾਂ ਮਾਰਨ ਨਾਲ ਹੋਰ ਹੁਣ ਹਾਂ ਉਸਤਾਦ ਨੇ ਤੈਨੂੰ ਉਹਦਾ ਪੱਤੀ ਆ ਕਬੂਤਰਿਆਂ ਵੀ ਕਬੂਤਰਾਂ ਵਰਗੇ ਹੈ ਨਾ ਬੈੱਡ ਕਿੱਡੇ ਕਿੱਡੇ ਇਹਦਾ ਹੈ ਹੀ ਨਹੀਂ ਕਬੂਤਰ ਟਾਵੇਂ ਬੰਦੇ ਕੋਲ ਬਾਈ ਪੰਜਾਬ ਦੇ ਵਿੱਚ ਤੁਸੀਂ ਤਾਂ ਇੰਨੇ ਸਾਂਭੀ ਬੈਠੇ ਹੋ ਕਬੂਤਰ ਇਹਨੇ ਤਾਂ ਕੋਈ ਸਾਂਭਦਾ ਨਹੀਂ ਉਹਨਾਂ ਦੇ ਫੰਗ ਚੰਗੇ ਆਏ ਹੋਣਗੇ ਜਿਹੜੇ ਪੱਟੇ ਉਹ ਕੱਲੇ ਕਿੱਥੇ ਕੱਲਾ ਕੱਲਾ ਖੰਭ ਆਉਣਾ ਯਾਰ ਕਿੱਥੇ ਪੰਜ ਆਉਣੇ ਇਕੱਠੇ ਸੱਤ ਆਉਣੇ ਦਾ ਫਰਕ ਤਾਂ ਪੈਂਦਾ ਹੀ ਹੈ ਕਿਤੇ ਕੱਲੇ ਕੱਲੇ ਖੰਭ ਆਪਦੇ ਆਪ ਹਾਂ ਉਹ ਤਾਂ ਆਉਣਗੇ ਬਾਈ ਜਿਹੜਾ ਕੱਲਾ ਕੱਲਾ ਖੰਭ ਪੱਟ ਕੇ ਸਰ ਕਰ ਆਪਦੇ ਆਪ ਆਉਣਾ ਯਾਰ ਕਲੀ ਸਿੜਤੀ ਆ ਗਈ ਕਲੀ ਸਿੜਤੀ ਆ ਗਈ ਇੱਕ ਖੰਭ 'ਤੇ ਜ਼ੋਰ ਲੱਗਣਾ ਕਬੂਤਰ ਦਾ ਕਿਤੇ ਹੁਣ ਸਾਰੇ ਪੱਟ 'ਤੇ ਅਤੇ ਸਾਰੇ ਖੰਭਾਂ 'ਤੇ ਜ਼ੋਰ ਲੱਗਣਾ ਪਤਲੇ ਵੀ ਆ ਸਕਦਾ ਛਾਣਾ ਵੀ ਪੈ ਸਕਦਾ ਖੰਭਾਂ ਦੇ ਵਿੱਚ ਬੈਰਲ ਵੀ ਪੈ ਸਕਦੀ ਹੈ ਕੁਛ ਵੀ ਹੋ ਸਕਦਾ ਚੀਜ਼ ਇਹ ਆ ਮੈਂ ਤਾਂ ਪੱਟੇ ਨਹੀਂ ਕਬੂਤਰ ਮੈਂ ਤਾਂ ਕੱਛਾਂ ਵਾਲੇ ਪੱਟੇ ਸੀਗੇ ਪੰਜ ਛੇ ਖੰਭ ਕੁਦਰਤੀ ਫਾਰਾ ਜਿਹੜੇ ਫਾਰਾ ਯਾਰ ਲਾਮ ਤੇ ਬਾਕੀ ਠੰਡਾ ਜਿਹਾ ਦਿਨ ਹੋ ਗਿਆ ਉਦੋਂ ਤਾਂ ਸ਼ਾਇਦ ਉਹ ਕਹਿੰਦੇ ਲੋ ਤੇ ਨਾ ਉਹ ਕੰਮ ਹੀ ਨਹੀਂ ਕਰਦੇ ਕਿਉਂਕਿ ਉਹ ਬਾਈ ਲੰਬੀ ਉੱਡੀ ਜਾਂਦੇ ਮੱਚ ਜਾਂਦੇ ਆ ਜਿਹੜੇ ਪਤਲੇ ਫਰਾਣੇ ਕਬੂਤਰ ਕਾਹੜ ਕੱਢਦਾ ਜਿਹੜਾ ਬਾਹਲਾ ਚੰਗਾ ਉਹ ਕਾਹੜ ਕੱਢ ਜੂ ਨਹੀਂ ਲੰਬਾ ਪਤਲੇ ਫਰਾਣਾ ਕਬੂਤਰ ਲੰਬਾ ਹੀ ਉੱਡ ਜੂ ਕਿਤੇ ਇੱਧਰ ਨੂੰ ਇੱਧਰ ਨੂੰ ਜ਼ਿਆਦਾ ਉਹ ਜਾਲੀ ਬਣੂਗੀ ਚੜਿਆ ਨਹੀਂ ਜਾਣਾ ਉਹਨਾਂ ਜ਼ੋਰ ਵੱਧ ਲੱਗੂਗਾ ਜਿਹਦੇ ਕਬੂਤਰ ਦੇ ਫਰ ਗਰੋਥ 'ਚ ਨੇ ਟਾਇਟ ਨੇ ਉਹ ਬਾਈ ਖੰਭ ਮਾਰ ਕੇ ਚੜ੍ਹਨ ਦੀ ਕਰਦੇ ਆ ਅਤੇ ਹੌਲੀ ਹੌਲੀ ਉੱਤਰਦੇ ਆ ਫਿਰ ਅੱਧੇ ਟਾਈਮ ਅੱਧੇ ਜ਼ੋਰ ਲੱਗਦਾ ਕਬੂਤਰ ਦਾ ਉੱਡਣ 'ਚ ਚਲੋ ਐਂ ਇਕੱਠੇ ਜੋ ਹੈ ਨਾ ਮੈਂ ਸਮਝ ਗਿਆ ਉਹੀ ਲੱਗ ਗਿਆ ਬਾਈ ਉਹ ਦੇਖੀ ਅਸੀਂ ਮੈਂ ਕਰੀਏ ਕਾਰਵਾਈ ਕੀ ਚੀਜ਼ ਆ ਮੈਂ ਪਾਣੀ ਧਰ ਕੇ ਉਤਰਾਂ ਨਵਾ ਦੇਵੇ ਮੈਂ ਨਵਾਇਆ ਹਾਈ ਟੱਕ ਪਾ ਕੇ ਮੈਂ ਹੁਣ ਹੋ ਗਏ ਦੋ ਤਿੰਨ ਦਿਨ ਬਾਈ ਸਵਾਰ ਕੇ ਨਵਾਇਆ ਪੇਟੀ ਸਾਫ਼ ਕਰੀ ਕਬੂਤਰਾਂ ਦੀ ਸਾਰਾ ਕੁਛ ਕਿਉਂਕਿ ਵੀ ਉਹ ਥੱਲਿਓਂ ਪੇਟੀ ਸਾਫ਼ ਕਰਨੀ ਕਬੂਤਰ ਦੀ ਜ਼ਰੂਰੀ ਆ ਜਦੋਂ ਆਪਾਂ ਡਾਈਆਂ 'ਤੇ ਕੱਢਣਾ ਨਾ ਅਤੇ ਜਿੱਦੇ ਪੰਜ ਚਾਰ ਦਿਨਾਂ ਬਾਅਦ ਗਿੱਲਾ ਕਰੋ ਹੱਥ ਉਹਨੂੰ ਪੇਟੀ 'ਤੇ ਮਾਰੋ ਬਸ ਖੰਘਣਾ ਪੱਟੇ ਜਾਣ ਪਰ ਜਿਹੜਾ ਫੁੱਦੂ ਜਾਂਦਾ ਲੱਗਿਆ ਚਿੱਟਾ ਜਿਹਾ ਹਾਂ ਉਹ ਲਾਉਣਾ ਜ਼ਰੂਰੀ ਆ ਉਹਦੇ ਬਿਨਾਂ ਬਾਈ ਕਬੂਤਰ ਛੇਤੀ ਜਿਵੇਂ ਰੋਮ ਨਹੀਂ ਬੰਦ ਹੋ ਜਾਂਦੇ ਯਾਰ ਆਪਣੇ ਅਤੇ ਆਪਣੇ ਜੇ ਕੋਈ ਬੰਦਾ ਮੁੜਕਾ ਹੋਵੇ ਇੱਕ ਲੱਖ ਨਾਲੇ ਵੀ ਚਲੋ ਰੋਮ ਬੰਦ ਹੋ ਜਾਂਦਾ ਪਸੀਨਾ ਆਉਂਦਾ ਹੀ ਨਹੀਂ ਬਿਮਾਰ ਹੋ ਜਾਂਦਾ ਬੰਦਾ ਪਸੀਨਾ ਉਹ ਚੀਜ਼ ਆ ਰੋਮ ਖੁੱਲ੍ਹੇ ਹੋਣੇ ਜ਼ਰੂਰੀ ਹੈ ਰੋਮ ਬੰਦ ਵਾਲਾ ਕਬੂਤਰ ਨੇ ਕੀ ਸਵਾਹ ਕਾਮਯਾਬ ਹੋਣਾ ਯਾਰ ਆਪਾਂ ਅੱਲੇ ਫੰਗ ਪੱਟਣ ਨਾਲ ਵੀ ਰੋਮ ਵੀ ਬੰਦ ਹੁੰਦੇ ਹਾਂ ਇਹਦੇ ਵਿੱਚ ਰੁੱਧ ਹੋ ਜਾਂਦੇ ਆ ਕਿਉਂ ਇਕੱਠਾ ਜ਼ੋਰ ਲੱਗਦਾ ਖੂਨ ਹੁੰਦਾ ਖੂਨ ਚੱਲ ਕੇ ਭੈਣ ਰੁਕ ਜਾਂਦਾ ਲੋਕ ਭੂਸਾ ਵੜ ਦਿੰਦੇ ਟਿੱਪਣੀਆਂ ਨੇ ਐਵੇਂ ਕਮਲਿਆਂ ਵਾਂਗੂ ਖੁਰਾਕ ਸਿੱਟੀ ਜਾਓ
ਭੂਰਾ ਕਿਹੜਾ ਪੰਛੀ ਆ, ਐਵੇਂ ਨੂੰ ਉਹ ਵੀ ਪਾਤਾ ਆਹ ਵੀ ਪਾਤਾ, ਉਹਦਾ ਕੀ ਫਾਇਦਾ ਬਾਈ? ਉਹ ਵੇਸਟ ਆ ਇਹਨਾਂ ਦੀ ਖਾਤਰ ਯਾਰ, ਸਿੱਧੀ ਜੀ ਗੱਲ ਦੱਸ, ਜਿੱਦੇ ਤੂੰ ਡਾਈਆਂ 'ਤੇ ਕੱਢ ਲਏ ਉਦੇ ਇਹਨਾਂ ਨੇ ਸੁੱਕਣਾ ਹੀ ਆ, ਜਿੰਨੀ ਮਰਜ਼ੀ ਖੁਰਾਕ ਪਾਲਾ ਉਹ ਪਾਈ ਦਾ ਕੋਈ ਫਾਇਦਾ ਨਹੀਂ। ਖੁਰਾਕ ਪਾਓ ਇਹਨੂੰ ਜਾਇਜ਼, ਪ੍ਰੋਟੀਨ ਦੀ ਮਾਤਰਾ ਜਾਇਜ਼ ਹੋਵੇ, ਜਦੋਂ ਪ੍ਰੋਟੀਨ ਦੀ ਮਾਤਰਾ ਵੱਧ ਗਈ ਤਾਂ ਵੀ ਇਹਨਾਂ ਨੇ ਵੇਟ ਲੂਜ਼ ਕਰਨਾ, ਅਤੇ ਹੋ ਸਕਦਾ ਵੀ ਚਰਬੀ। ਪ੍ਰੋਟੀਨ ਦੋ ਤਰ੍ਹਾਂ ਦਾ ਕੰਮ ਕਰਦੀ ਹੈ ਸਰੀਰ ਦੇ ਉੱਤੇ, ਜਾਂ ਤਾਂ ਉਹ ਸਾਈਡ ਇਫੈਕਟ ਪਾਉਂਦੀ ਆ ਵੀ ਸਲਿਮ ਕਰ ਦਿੰਦੀ ਆ, ਜਾਂ ਉਹ ਸਾਈਡ ਇਫੈਕਟ ਪਾਉਂਦੀ ਆ ਵੀ ਮੋਟਾਪਾ ਕਰ ਦਿੰਦੀ ਆ ਬੰਦੇ ਦਾ ਬਾਈ, ਉਹ ਮੋਟਾ ਹੋਣ ਲੱਗ ਜਾਂਦਾ ਜਾਂ ਬੰਦਾ ਲਿੱਸਾ ਹੋਣ ਲੱਗ ਜਾਂਦਾ। ਪ੍ਰੋਟੀਨ ਜ਼ਰੂਰੀ ਹੈਗੀ ਆ, ਪਰ ਮਾਤਰਾ 'ਚ ਸਹੀ, ਘੱਟ ਲੈ ਲਏਗਾ ਉਹਦਾ ਕੋਈ ਨੁਕਸਾਨ ਨਹੀਂ, ਜੇ ਪ੍ਰੋਟੀਨ ਦੀ ਮਾਤਰਾ ਵੱਧ ਲਏਗਾ ਉਹਦਾ ਤੈਨੂੰ ਨੁਕਸਾਨ ਹੀ ਨੁਕਸਾਨ ਆ, ਲੂਜ਼ ਮੋਸ਼ਨ ਵੀ ਲੱਗ ਸਕਦੇ ਆ, ਠੀਕ ਆ, ਫੈਟ ਵੱਧ ਵੀ ਸਕਦੀ ਆ ਘੱਟ ਵੀ ਸਕਦੀ ਆ। ਇਹਦੇ ਜਿੰਨੇ ਮਰਜ਼ੀ ਬੱਚੇ ਕਢਾ ਲਓ, ਜਾਣੇ ਨਹੀਂ ਚਾਹੀਦੇ, ਇਹਦੇ ਜਮਾ ਨਹੀਂ ਪਾਈਦੇ ਹੈਗੇ। ਛੋਟਾ ਪਿੰਡ ਛੋਟੀ ਮੋਹਲੀ ਛੋਟਾ ਪਿੰਡ ਹੈਗਾ, ਜਮੇ ਛੋਟਾ ਦੱਸਿਆ ਨਾ ਵੀ ਇਹਦੇ ਬੱਚੇ ਜਾਣੇ ਨਹੀਂ ਚਾਹੀਦੇ, ਦੇਖ ਲਓ ਹਟ ਜਾਂਦੀ ਸੀ ਸਾਨੂੰ ਸਾਨੂੰ ਦੋ ਤਿੰਨ ਵਜੇ ਤਾਂ ਜਗ੍ਹਾ ਹਟ ਗਈ, ਭੱਜਣੇ ਨਹੀਂ ਚਾਹੀਦੇ ਇਹਦੇ ਬੱਚੇ ਜਮੀ, ਆਪ ਨਹੀਂ ਗਈ ਬਾਹਲੀ ਉੱਚੀ ਉੱਡਾ ਇੰਨਾ ਉੱਚਾ ਖੜਦਾ ਨਹੀਂ, ਕਿਉਂਕਿ ਬਲੱਡ ਦੇ ਵਿੱਚ ਪਿਓਰੀ ਵਾਲੀ ਬੈਠੀ ਆ, ਜੇ ਇਹਨੂੰ ਲੰਡਰ ਜੇ ਕੂਤਰਨਾ ਲਾਤਾ 20 ਪੈਸੇ ਆ ਨਾਲ ਵੀ, ਫਿਰ ਵੀ 60 ਪੈਸੇ ਬੱਚੇ ਕਿਤੇ ਨਹੀਂ ਗਏ, 60 ਪੈਸੇ ਬਲੱਡ ਤਾਂ ਫਿਰ ਵੀ ਕੱਢੂਗੀ ਕੱਢੂਗੀ ਬੱਚਿਆਂ ਦਾ। ਅੱਡੋ ਅੱਡ ਸੋਚ ਹੁੰਦੀ ਆ, ਕੋਈ ਕਹਿੰਦਾ ਮੇਰੀ ਸੋਚ ਇਹ ਹੁੰਦੀ ਆ ਵੀ ਕਬੂਤਰੀ ਚੰਗੀ ਹੋਵੇ, ਕਬੂਤਰ ਜਿਹੋ ਜਿਹਾ ਮਰਜ਼ੀ ਹੋਵੇ ਕੋਈ ਚੱਕਰ ਨਹੀਂ, ਕਬੂਤਰੀ ਦੀ ਬਲੱਡ ਲੈਣ ਬਣਾਉਣੀ ਔਖੀ ਆ ਸਭ ਤੋਂ ਵੱਡੀ ਗੱਲ, ਕਬੂਤਰੀ ਦੀ ਬਲੱਡ ਲੈਣ ਪਿਓਰ ਹੋਵੇ, ਛੇਤੀ ਸਿਆਣਾ ਬੰਦਾ ਕਬੂਤਰੀ ਨਹੀਂ ਦਿੰਦਾ, ਤੈਨੂੰ ਕਬੂਤਰ ਦੇ ਦੂ ਨਾ ਜੋੜਾ ਦੇ ਦੂ ਲੱਗਿਆ ਲਗਾਇਆ, ਪਰ ਇਕੱਲੀ ਕਬੂਤਰੀ ਨਹੀਂ ਤੈਨੂੰ ਕੋਈ ਹੋਈ ਦੂ, ਕੁਦਰਤੀ ਗੱਲ ਹੀ ਆ। ਕਬੂਤਰ ਦਾ ਬਲੱਡ ਬਣਾਉਣਾ ਤਾਂ ਸੌਖਾ, ਕਬੂਤਰੀ ਦਾ ਬਲੱਡ ਬਹੁਤ ਔਖਾ ਬਣਦਾ। ਬਾਕੀ ਅੱਡੋ ਅੱਡ ਆ, ਜਿਹਨੂੰ ਕਿਸੇ ਨੂੰ ਸਮਝ ਆਈ ਵੀ ਆ ਉਹੋ ਜਿਹੀ ਸਮਝ ਆ ਯਾਰ, ਹੈ ਨਾ, ਆਪਾਂ ਆਪਦੀ ਰਾਏ ਦੱਸੀ ਆ। ਲੈ ਕੇ ਜਾਣੀਆਂ ਕਬੂਤਰੀਆਂ, ਹੁਣ ਤਾਂ ਮੈਂ ਜਮੀ ਨਹੀਂ ਛੱਡਦਾ ਤੇਰੇ ਕੋਲ ਆਪਦੀਆਂ, ਹੁਣ ਤਾਂ ਤੁਹਾਡੇ ਲੱਛਣਾਂ ਦਾ ਪਤਾ ਲੱਗ ਗਿਆ, ਉਹਦਾ ਪਤਾ ਨਹੀਂ ਮੁੱਕਰ ਜਾਓ ਭੈਣ, ਹੁਣ ਤਾਂ ਅੱਗੇ ਜਿਵੇਂ ਕਹਿੰਦਾ ਦੱਸ ਕਿਵੇਂ ਪੰਗਾ ਲੈ ਲਿਆ ਆਪਦੀਆਂ, ਮੈਨੂੰ ਕਹਿੰਦੇ ਆਏ ਆ ਜਾਓ ਹੁਣ ਮੁੱਕਰੀ ਜਾਂਦੇ ਆਖੇ ਕਬੂਤਰੀਆਂ ਦਾ, ਲੈ ਗਿਆ ਬੱਚੇ ਕਢਾਉਣ ਨੂੰ ਦੇਤੀਆਂ, ਫਲਾਨੇ ਨੂੰ ਦੇਤੀਆਂ, ਮੈਂ ਦੇ ਮੜਵਾ ਕੇ ਲੈ ਕੇ ਜਾਊਂ ਅੜੀ, ਅੱਜ ਮੈਂ ਨਹੀਂ ਅੱਜ ਪਿੰਡ ਜਾਂਦਾ ਰਜਾਏ ਬਣਾ। ਕਬੂਤਰ ਅੰਦਰ ਬੈਠਾ ਸੀਗਾ, ਮੈਂ ਕਿਹਾ ਕਿਹੜੇ ਕਬੂਤਰਾਂ ਚੋਂ, ਉਹ ਜਿਹੜਾ ਫਿਰ ਜਿੱਤਿਆ ਸੀ ਮਹੀਰਨੇ ਵਾਲਾ, ਇਹ ਕਿਹੜੀ ਕਬੂਤਰੀ ਕਿਹੜਿਆਂ ਚੋਂ ਕਬੂਤਰੀ, ਇਹ ਵੀ ਉਹ ਜਿਹੜੀ ਮਹੋੜੀ ਵਾਲੇ ਕਬੂਤਰਾਂ 'ਚ, ਇਹ ਨਾ ਹੈਗੀ ਬਾਬੇ ਵਾਲਿਆਂ ਅਤੇ ਸਾਧ ਬਾਬੇ ਵਾਲਿਆਂ ਅਤੇ ਗਰਦੇਵ ਵਾਲਿਆਂ ਦੀ ਆ, ਉਹਦੇ 'ਚੋਂ ਬਲੱਡ ਆ ਗਿਆ ਨਾ ਇਹਦੇ ਵਿੱਚ, ਹੁਣ ਤਾਂ ਲੱਛਣ ਤਾਂ ਹੈ ਨਹੀਂ ਗੇ ਖੜਨ ਖੁੜਨ ਵਾਲੇ ਕੋਈ, ਟਾਈਮ ਸਿੱਧਾ ਉਰਲੇ ਆ, ਹਾਂ ਬਾਈ ਉਹ ਮੈਡੀਕਲ ਲਾਉਂਦੇ ਆਪਾਂ ਲਾਉਂਦੇ ਨਹੀਂ, ਆਪਾਂ ਲਾਉਂਦੇ ਨੈਚੁਰਲੀ, ਆਪਣੇ ਕਦੋਂ ਲਾਉਂਦਾ ਕੋਈ ਦਵਾਈਆਂ ਗੋਲੀਆਂ, ਆਪਾਂ ਤਾਂ ਗੋਲੀ ਕਿਤੇ ਦਿਖਾਉਂਦੇ ਵੀ ਨਹੀਂ ਹੈਗੇ ਕਬੂਤਰਾਂ ਵਾਲੇ, ਨਾ ਹੀ ਆਪਣੇ ਕਬੂਤਰ ਗੋਲੀਆਂ 'ਤੇ ਉੱਡਣ। ਪੁਰਾਣੇ ਬੁੱਢੇ ਤਾਂ ਆਹ ਹਮੜਾ ਪਾਲੀ ਦਵਾਈ ਵੀ ਨਹੀਂ ਲਾਉਂਦੇ ਹੁੰਦੇ ਸੀ, ਜ਼ਿਆਦਾ ਕੱਚੀ ਪਿੱਲੀ ਅੱਟ ਪਾ ਦਿੰਦੇ ਸੀ 10-15 ਦਿਨ, ਜਾਂ ਤਾਰਾ ਮੀਰਾ ਜਾਂ ਆਹ ਕਬੀਲਾ ਦੇ ਦਿੰਦੇ ਸੀਗੇ, ਨਾਲੇ ਤਾਂ ਨਾ ਪੋਟੇ ਦੇ ਮੜਾ ਪਸਾਫ, ਨਾਲੇ ਇਹਦੇ ਅੰਦਰਲੇ ਸਾਫ, ਦੋ ਕੰਮ ਕਰਦਾ ਕਬੀਲਾ, ਨਾਲੇ ਤਾਂ ਪੁੱਟ ਗਲੱਸਣਗੇ ਕਬੂਤਰ, ਅਤੇ ਜਿਹੜਾ ਇਹਨਾਂ ਦੀ ਪੇਟੀ ਨਾਲ ਲੱਗ ਗਿਆ ਨਾਲੇ ਅੰਦਰ ਲੰਘੂਗਾ, ਉਹ ਅੰਦਰਲੇ ਮੜਾਪ ਖਤਮ ਕਰੂ। ਪਰ ਆਪਣੇ ਲੋਕ ਪਤਾ ਕੀ ਆ, ਮੜਾਪ ਦੇਖਣਗੇ ਬਿੱਠਾਂ ਦੇ ਵਿੱਚ, ਬਸ ਪੈਸਾ ਦੇ ਬਿੱਠਾਂ ਦੇ ਵਿੱਚ ਵੀ ਬਿੱਠਾਂ 'ਚ ਕਬੀਲਾ ਮੜਾਪ ਨਹੀਂ ਕੱਢੇ ਬਾਈ, ਕਬੀਲਾ ਲਾਇਆ ਸੀ ਕਬੀਲੇ ਨਾਲ ਬਿੱਠਾਂ 'ਚ ਮੜਾਪ ਨਹੀਂ ਕੱਢਦਾ, ਜਿਵੇਂ ਚਰਬੀ ਜੀ ਨਹੀਂ ਹੁੰਦੀ ਜਲਬ ਜੀ, ਉਵੇਂ ਮਾਰੀ ਜਾਂਦਾ ਮਾਰ ਮਾਰ ਕੇ, ਉਵੇਂ ਜਲਬ ਬਣਾ ਬਣਾ ਕੱਢਦਾ, ਤਾਰਾਂ ਹੀ ਨਹੀਂ ਕੱਢਦਾ ਹੈਗਾ, ਇਹ ਅੰਦਰ ਹੀ ਮਾਰ ਮਾਰ ਕੇ ਅੰਦਰੋਂ ਹੀ ਕੱਢਦਾ ਫਿਰ ਬਿੱਠਾਂ ਰਾਹੀਂ, ਕਬੀਲਾ ਤਾਂ ਇੰਨੀ ਘੈਂਟ ਚੀਜ਼ ਆ। ਮੈਂ ਕਹਿੰਦਾ ਜੇ ਕਬੂਤਰ ਬਾਜੀ ਛੱਡਣਾ ਪਾਉਣ ਵਾਲਾ, ਆਪਾਂ ਬਾਜੀ ਛੱਡਣਾ 2-4 ਦਿਨ ਰਹਿ ਗਏ, ਚੁੱਪ ਕਰਕੇ ਕਬੀਲਾ ਲਾ ਦੇ, ਕੁਛ ਲਾਉਣ ਦੀ ਲੋੜ ਨਹੀਂ ਤੈਨੂੰ, ਨਾਲੇ ਤਾਂ ਉਹਦਾ ਕੋਈ ਸਾਈਡ ਇਫੈਕਟ ਨਹੀਂ, ਮੰਨ ਕੇ ਚੱਲ ਆਪਣੇ ਕਬੂਤਰਾਂ ਹੁਣ ਚੁੱਭੀਆਂ ਜਾਂ ਨਹੀਂ ਭਰਦੇ ਫਿਰਦੇ ਹੁੰਦੇ, ਹੈ ਨਾ, ਅਗਲਾ ਕਹਿੰਦਾ ਕਬੂਤਰ ਮੇਰੇ ਚੱਲੇ ਨਹੀਂ, ਕਈ ਬੰਦੇ ਗੁੜ ਲਾਉਣ ਲੱਗ ਜਾਂਦੇ ਆ, ਗੁੜ ਨਾਲੋਂ ਕਾਲੇ ਉਹਨੂੰ ਕਬੂਤਰ ਨੂੰ ਕਬੀਲਾ ਲਾ ਦੇ,
ਤੇ ਉਹਦੇ ਪਤਾ ਕੀ ਹੁੰਦਾ ਪੋਟੇ ਦੇ ਵਿੱਚ ਬਾਈ ਗੰਦ ਜੰਮਿਆ ਵਾ ਹੁੰਦਾ, ਹੋਰ ਕੁਛ ਨਹੀਂ ਹੋਇਆ ਹੁੰਦਾ, ਆਪਾਂ ਉਹਨੂੰ ਬਣਿਆ ਵਾ ਗੁੜ ਲਾ ਦਿੰਦੇ ਹਾਂ, ਉਹਦਾ ਕੋਈ ਬਾਹਲਾ ਫਾਇਦਾ ਨਹੀਂ ਹੁੰਦਾ। ਗੁੜਨਾ ਕੀ ਆ ਉਹਨੂੰ ਚਾਰ ਉਹ ਲੱਗ ਜਾਂਦੀ ਆ ਮੋਕ, ਜਿਵੇਂ ਆਪਾਂ ਕਹਿ ਦਿੰਦੇ ਹਾਂ ਲੱਗ ਗਈ, ਉਹ ਸਫਾਈ ਹੋ ਜਾਂਦੀ, ਪਰ ਉਹ ਚੀਜ਼ ਉੱਥੇ ਦੀ ਉੱਥੇ ਰਹਿ ਜਾਂਦੀ ਆ ਜੰਮੀ ਵੀ। ਜਿਹੜਾ ਕਬੀਲਾ ਲਾਏਗਾ ਜਦੋਂ ਗਲੱਸ ਦਾ ਕਬੂਤਰ ਨਹੀਂ, ਸਾਰੀ ਪੋਟੇ 'ਚ ਦੇਖੀ ਹਰੇ ਬਾਈ ਕੱਢੂਗਾ, ਜਦੋਂ ਹਰੇ ਬਾਈ ਨਿਕਲ ਗਈ ਤੇ ਕਬੂਤਰ ਦਰਾ ਸੈੱਟ ਹੋ ਕੇ ਐਂ ਖੜ ਖੜ ਕੇ ਉੱਡੂ ਕਬੀਲਾ ਇੰਨਾ। ਉਹ ਟੈਡੀਆਂ ਵਰਗੇ ਆ ਪਾਕਿਸਤਾਨੀ ਕਬੂਤਰ ਨੇ ਜਿਹੜੇ, ਕਬੀਲੇ ਦੇ ਗੁਣ ਤਾਂ ਬਾਹਲੇ ਨੇ। ਕਬੀਲਾ ਗੱਲ ਕਰ ਵੀ ਆਪਣੇ ਉਹੀ ਗੱਲ ਵੀ ਦਵਾਈਆਂ ਵਾਂਗਰ ਥੋੜ੍ਹਾ ਜਿਹਾ ਵੱਧ ਚੱਲਦਾ ਕੰਮ। ਪੈਰ ਦਿਖਾਈ ਬਾਈ ਇਹਦੇ, ਤਰੀਕ ਬਾਤ ਆ, ਬਾਹਲਾ ਚੰਗਾ ਕਬੂਤਰ ਸੀ ਉਹ ਵੀ। ਜਵਾਕਾਂ ਨੂੰ ਜਦੋਂ ਚੰਗਾ ਕਬੂਤਰ ਮਿਲ ਜੇ ਉਹਨਾਂ ਨੂੰ ਰੱਖਿਆ ਨਹੀਂ ਜਾਂਦਾ, ਰੱਖਣਾ ਬਹੁਤ ਔਖਾ। ਉਹੀ ਗੱਲ ਆ ਵੀ ਕਿਸੇ ਤੋਂ ਮੰਗਣ ਨਾਲੋਂ ਯਾਰ ਮੇਰੀ ਗੱਲ ਬਣਾ ਲਓ, ਇੱਕ ਵਾਰੀ ਦੇ ਦੂ, ਅਗਲਾ ਦੋ ਵਾਰੀ ਦੇ ਦੂ ਬਾਈ, ਰੋਜ਼ ਤਾਂ ਕੋਈ ਵੀ ਨਹੀਂ ਪਿੰਜਰਾ ਭਰਦਾ ਹੈਗਾ। ਅਗਲਾ ਕਹਿੰਦਾ ਤੇਰੇ ਤਾਂ ਰੋਜ਼ ਦਾ ਕੰਮ ਹੀ ਹੋ ਗਿਆ ਯਾਰ। ਤੁਹਾਡੇ ਕੋਲ ਕਬੂਤਰ ਬਾਹਲੇ ਚੰਗੇ ਨੇ, ਨਜਾਇਜ਼ ਹੀ ਚੰਗੇ ਯਾਰ, ਤੁਹਾਡੇ ਮੂੰਹ 'ਤੇ ਕਹਿੰਦੇ ਆਪਾਂ ਬਾਹਲੇ ਚੰਗੇ ਕਬੂਤਰ ਆ। ਜਿਹੜੀ ਕੁਆਲਿਟੀ ਕਬੂਤਰਾਂ 'ਚ ਆਪਾਂ ਦੇਖ ਲਈ ਨਾ, ਬਹੁਤ ਔਖੀ ਆ ਬਣਾਉਣੀ। ਇਹ ਤੁਹਾਡੇ ਕਬੂਤਰ ਪਾਕਿਸਤਾਨੀਆਂ ਨੇ ਤੁਸੀਂ ਵੀਡੀਓ 'ਤੇ ਦੇਖੀ ਕਮੈਂਟ ਆਉਂਦੇ, ਜਾਂ ਜਿਹੜੇ ਬੰਦੇ ਨੂੰ ਸਮਝ ਆ ਆਪ ਹੀ ਦੱਸੂਗਾ ਕਬੂਤਰਾਂ ਦਾ ਵੀ ਹਾਂ ਹੈਗੀ ਆ ਕੁਆਲਿਟੀ ਜਾਂ ਨਹੀਂ।